ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀ ਪੀ 'ਤੇ ਤੁਸੀਂ ਦੇ ਪਏ ਜੀ। ਮੈਨੂੰ ਡੀ ਪੀ ਸੀ ਪੰਜਾਬੀ ਅਤੇ ਮਨਪ੍ਰੀਤ ਸਿੰਘ ਮੱਲੀ ਦੀ ਅੰਮ੍ਰਿਤਸਰ ਤੋਂ ਏਅਰਪੋਰਟ ਤੋਂ ਦੱਸਦੀ ਕਿ ਮਜੀਠੇ ਦੇ ਵਿੱਚ ਜਿਹੜਾ ਆ ਸਨੈਚਿੰਗ ਕਰਨ ਵਾਲਿਆਂ ਨੂੰ ਧਰ ਦਬੋਚਿਆ ਆ ਪੰਜਾਬ ਪੁਲਿਸ ਨੇ। ਜਿੱਥੇ ਕਿ ਤੁਸੀਂ ਜਾਣਦੇ ਹੀ ਹੋ ਕਿ ਪਿਛਲੇ ਕੁਝ ਲੰਬੇ ਸਮੇਂ ਤੋਂ ਜਿਹੜਾ ਆ ਸਨੈਚਿੰਗ ਅਤੇ ਲੁੱਟਾਖੋਹਾਂ ਦੀ ਵਾਰਦਾਤਾਂ ਜਿਹੜੀਆਂ ਨੇ ਚੱਲਦੀਆਂ ਪਈਆਂ ਨੇ, ਉੱਥੇ ਹੀ ਮਜੀਠਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜਾ ਆ ਇੱਕ ਧਿਰ ਨੂੰ ਜਿਹੜਾ ਆ ਦਬੋਚਿਆ ਗਿਆ ਆ, ਜੋ ਕਿ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ। ਸਨੈਚਿੰਗ ਦੇ ਮਾਮਲੇ ਦੇ ਵਿੱਚ ਇਹ ਦੋ ਜਣੇ ਜਿਹੜੇ ਆ ਮਜੀਠਾ ਪੁਲਿਸ ਵੱਲੋਂ ਜਿਹੜਾ ਆ ਗ੍ਰਿਫਤਾਰ ਕੀਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਮਜੀਠਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਬਹੁਤ ਹੀ ਵੱਡੀ ਉਪਲਬਧੀ ਹਾਸਲ ਕੀਤੀ ਹੈ। ਤੁਸੀਂ ਦੱਸਦੇ ਪਿਓ ਮੇਰੇ ਨਾਲ ਡੀ ਪੀ ਸੀ ਪੰਜਾਬੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀ ਪੀ। ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਇਹ ਅਸੀਂ 54 ਨੰਬਰ ਐਫ ਆਈ ਆਰ ਦੇ ਵਿੱਚ ਕਰ ਰਹੇ ਹਾਂ। ਜਿਹੜੀ ਇੰਸੀਡੈਂਟ ਸਾਡੇ ਇੱਥੇ 30 ਤਰੀਕ ਨੂੰ ਹੋਇਆ ਸੀਗਾ, ਕੋਟਯਾਰਡ ਮੈਰੀਅਟ ਹੋਟਲ ਹੈਗਾ ਮਜੀਠਾ ਰੋਡ, ਉਹਦੇ ਵਿੱਚ ਬੜਾ ਇਹਦੇ ਵਿੱਚ ਅਨਫੋਰਚੁਨੇਟ ਇੰਸੀਡੈਂਟ ਸੀਗੇ। ਹਸਬੈਂਡ ਔਰ ਵਾਈਫ ਜਿਹੜੇ ਸੀਗੇ ਫੰਕਸ਼ਨ ਕਰਕੇ, ਫੰਕਸ਼ਨ ਵੇਖ ਕੇ ਪੁੱਲੀ ਘਰ ਚੌਂਕ ਤੋਂ ਜਿਹੜਾ ਸੀਗਾ ਇੱਧਰ ਨੂੰ ਆ ਰਹੇ ਸੀਗੇ, ਔਰ ਰਸਤੇ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਸਕੂਟਰੀ ਮਾਰ ਕੇ ਡੇਗ ਕੇ ਦਾਤਰ ਦਾ ਵਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀਆਂ ਸੀਗੀਆਂ ਚੀਜ਼ਾਂ ਲੁੱਟ ਖੋਹ ਕੀਤੀ ਸੀਗੀ। ਸੋ ਇਸ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਦੋ ਦੋਸ਼ੀ ਜਿਹੜੇ ਹੈਗੇ ਆ, ਸੰਨੀ ਪੁੱਤਰ ਲੱਖਾ ਸਿੰਘ ਤਰਨ ਤਾਰਨ ਦਾ ਪੱਟੀ ਵਾਸੀ ਜ਼ਿਲ੍ਹਾ ਤਰਨ ਤਾਰਨ ਦਾ, ਉਹਦਾ ਜੋਸ਼ੀ ਸਿੰਘ ਜਿਹੜਾ ਤਰਸੇਮ ਸਿੰਘ ਜਿਹੜਾ ਹੈਗਾ ਪੱਟੀ ਜ਼ਿਲ੍ਹਾ ਤਰਨ ਤਾਰਨ ਦਾ, ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈਗਾ ਇੱਕ ਖਿਡੌਣਾ ਪਿਸਤੌਲ, ਔਰ ਇਹਦੇ ਨਾਲ ਇੱਕ ਦਾਤਰ, ਔਰ ਇਹਨਾਂ ਦੇ ਵਰਤੋਂ ਵਿੱਚ ਵਰਤੀ ਗਈ ਜਿਹੜੀ ਸਕੂਟਰੀ ਹੈ ਜਿਹੜੀ ਬਰਾਮਦ ਕਰ ਲਈ ਹੈ। ਬਾਕੀ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਜਲਦ ਜਿਹੜੀ ਹੈਗੀ ਹੈ ਗ੍ਰਿਫਤਾਰੀ ਕੀਤੀ ਜਾਏ।